ਤਸਵੀਰਾਂ ਸੇਵਾ ਸਿੰਘ ਸੇਖਵਾਂ ਦੇ ਗ੍ਰਹਿ ਦੀਆਂ ਹਨ ਜਿੱਥੇ ਕਿ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਵਿੱਚ ਸਿਆਸੀ ਤੇ ਗੈਰ ਸਿਆਸੀ ਲੋਕ ਪਹੁੰਚ ਰਹੇ ਹਨ। ਸੇਵਾ ਸਿੰਘ ਸੇਖਵਾਂ ਦਾ ਬੀਤੇ ਦਿਨੀ ਲੰਮੀ ਬਿਮਾਰੀ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਸੀ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਵਾ ਸਿੰਘ ਸੇਖਵਾਂ ਬਿਮਾਰ ਚੱਲ ਰਹੇ ਸਨ। ਅਕਾਲੀ ਦਲ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਫਿਰ ਅਕਾਲੀ ਦਲ ਸੰਯੁਕਤ ਵਿੱਚ ਸੇਵਾ ਸਿੰਘ ਸੇਖਵਾਂ ਸ਼ਾਮਲ ਹੋਏ, ਪਰ ਪਿਛਲੇ ਮਹੀਨੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਖੁਦ ਕੇਜਰੀਵਾਲ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਪਿੰਡ ਸੇਖਵਾਂ ਪਹੁੰਚੇ ਸਨ। ਸੇਵਾ ਸਿੰਘ ਸੇਖਵਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਪੁਰਾਣੇ ਟਕਸਾਲੀ ਆਗੂ ਸਨ। 1977 ਅਤੇ 1980 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਨੂੰਨ ਵਿਧਾਨ ਸਭਾ ਹਲਕੇ ਵਿੱਚ ਦੋ ਵਾਰ ਵਿਧਾਇਕ ਦੇ ਤੌਰ ਤੇ ਉਹ ਵਿਧਾਨ ਸਭਾ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਸਮੇਂ ਕੁਝ ਸਮੇਂ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਅਧਿਆਪਕ ਰਹਿ ਚੁੱਕੇ ਸੇਵਾ ਸਿੰਘ ਸੇਖਵਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1990 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਰਾਜਨੀਤੀ ਵਿੱਚ ਆਏ ਸਨ। ਸੇਖਵਾਂ ਪਹਿਲੀ ਵਾਰ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ। ਸੇਵਾ ਸਿੰਘ ਸੇਖਵਾਂ ਬਾਦਲ ਸਰਕਾਰ ਸਮੇਂ 1997 ਤੋਂ 2002 ਅਤੇ 2009 ਤੋਂ 2012 ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਉੱਤੇ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਉਪ ਪ੍ਰਧਾਨ, ਕੋਰ ਕਮੇਟੀ ਦੇ ਮੈਂਬਰ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਬਣੀ ਕਮੇਟੀ ਵਿੱਚ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਰਹਿ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਹਾਰ ਮਿਲਣ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਉਹਨਾਂ ਆਗੂਆਂ ਵਿੱਚ ਸ਼ਾਮਲ ਹੋ ਗਏ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਤਰੀਕੇ ਉੱਤੇ ਸਵਾਲ ਚੁੱਕ ਰਹੇ ਸਨ। ਜਿਸ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਧਾਰ ਤੇ ਅਕਾਲੀ ਦਲ ਨੇ ਸੇਖਵਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਛੱਡ ਕੇ ਸਾਬਕਾ MP ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ MP ਡਾਕਟਰ ਰਤਨ ਸਿੰਘ ਅਜਨਾਲਾ ਰਲ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਗਠਨ ਹੋਇਆ ਤਾਂ ਸੇਖਵਾਂ ਪਹਿਲੇ ਆਗੂ ਸਨ ਜਿਨ੍ਹਾਂ ਨੇ ਢੀਂਡਸਾ ਦਾ ਸਾਥ ਦਿੱਤਾ। ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇੱਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਰੂਪ ਲੈ ਚੁੱਕੇ ਹਨ। ਇਸ ਦੇ ਵਿਚਾਲੇ ਹੀ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਸੰਯੁਕਤ ਨੂੰ ਵੀ ਛੱਡ ਦਿੱਤਾ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ। ਸੇਵਾ ਸਿੰਘ ਸੇਖਵਾਂ ਦੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਕਰ ਦਿੱਤਾ ਜਾਵੇਗਾ। ਉਹਨਾਂ ਦੀ ਮੌਤ ਤੋਂ ਬਾਅਦ ਸਮੁੱਚੇ ਇਲਾਕੇ ਅਤੇ ਪੰਜਾਬ ਦੇ ਸਿਆਸੀ ਲੋਕਾਂ ਦੇ ਵਿੱਚ ਸੋਗ ਦਾ ਮਾਹੌਲ ਹੈ। ਅੱਜ ਉਹਨਾਂ ਦੇ ਜਾਣ ਨਾਲ, ਕਿਉਂਕਿ ਸਰ ਸੇਵਾ ਸਿੰਘ ਸੇਖਵਾਂ ਦਾ ਬੜਾ ਵੱਡਾ ਨਾਂ ਸੀਗਾ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਨਾਂ ਕਰਕੇ ਸਾਡੇ ਪਿੰਡ ਦਾ ਨਾਂ ਬਣਿਆ। ਪੂਰੀ ਦੁਨੀਆ ਵਿੱਚ, ਬਾਹਰ ਦੇ ਮੁਲਕਾਂ ਤੱਕ ਸਾਡੇ ਪਿੰਡ ਦਾ ਨਾਂ ਸਰ ਸੇਵਾ ਸਿੰਘ ਸੇਖਵਾਂ ਦੇ ਉਹਨਾਂ ਦੇ ਪਿਤਾ ਜੀ ਜਾਗਰ ਸਿੰਘ ਸੇਖਵਾਂ ਕਰਕੇ ਜਾਣਿਆ ਜਾਂਦਾ। ਔਰ ਉਹਨਾਂ ਦੇ ਜਾਣ ਨਾਲ ਜਿੱਥੇ ਅੱਜ ਸਰ ਜਗਰੂਪ ਸਿੰਘ ਜੀ ਉਹਨਾਂ ਦਾ ਬੇਟਾ, ਉਹਨਾਂ ਦਾ ਪਰਿਵਾਰ ਸਾਰੇ ਨੂੰ ਘਾਟਾ ਪਿਆ, ਉੱਥੇ ਮੈਂ ਸਮਝਦਾ ਸਾਡੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਸਾਡੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਇਹੋ ਜਿਹੇ ਲੀਡਰ ਜਦੋਂ ਪੈਦਾ ਹੁੰਦੇ ਆ ਅਤੇ ਉਹ ਲੀਡਰ ਬਣਨ ਵਾਸਤੇ ਉਹ ਵਾਸਤੇ ਬੜਾ ਟਾਈਮ ਲੱਗਦਾ ਔਰ ਫਿਰ ਜਾ ਕੇ ਉਹ ਇਸ ਮੁਕਾਮ 'ਤੇ ਪਹੁੰਚਦੇ ਆ। ਪਰ ਜਿੱਥੇ ਰਾਜਨੀਤਿਕ ਤੌਰ 'ਤੇ ਘਾਟਾ ਪਿਆ, ਉੱਥੇ ਮੈਂ ਸਮਝਦਾ ਵੀ ਧਾਰਮਿਕ ਤੌਰ 'ਤੇ ਵੀ ਸੇਖਵਾਂ ਸਾਹਿਬ ਦੇ ਜਾਣ ਨਾਲ ਸਾਡੇ ਇਲਾਕੇ ਨੂੰ, ਵੇਖੋ ਸੇਖਵਾਂ ਸਾਹਿਬ ਦਾ ਜਿੱਥੇ ਰਾਜਨੀਤਿਕ ਤੌਰ 'ਤੇ ਵੀ ਬੜੀ ਵੱਡੀ ਸੂਝ ਬੂਝ ਰੱਖਦੇ ਸੀਗੇ, ਉੱਥੇ ਨਾਲ ਦੀ ਨਾਲ ਉਹ ਧਾਰਮਿਕ ਤੌਰ 'ਤੇ ਵੀ ਉਹਨਾਂ ਦਾ ਬੜਾ ਵਿਸ਼ਾਲ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਸੀਗਾ। ਉਹਨਾਂ ਨੇ ਹਮੇਸ਼ਾ ਇਤਿਹਾਸ, ਧਾਰਮਿਕ ਤੌਰ 'ਤੇ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਆ ਉਹਨਾਂ ਦੇ ਜੀਵਨ ਤੋਂ, ਜਿਹੜੇ ਸਾਡੇ ਸ਼ਹੀਦ ਸਿੰਘ ਹੋਏ ਉਹਨਾਂ ਦੇ ਜੀਵਨ ਤੋਂ, ਜਿਹੜੇ ਯੋਧੇ ਜਰਨੈਲ ਹੋਏ ਆ ਉਹਨਾਂ ਦੇ ਜੀਵਨ ਤੋਂ ਉਹ ਹਮੇਸ਼ਾ ਉਹਨਾਂ ਨੂੰ ਪੜ੍ਹਦੇ ਸੀ। ਔਰ ਜਦੋਂ ਅਸੀਂ ਗੱਡੀ ਵਿੱਚ ਬਹਿ ਕੇ ਜਾਣਾ, ਉਹਨਾਂ ਨੇ ਇਹ ਗੱਲਾਂ ਕਰਨੀਆਂ ਵੀ ਆ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਸੀਂ ਪੜ੍ਹਿਆ ਉਹ ਇਤਿਹਾਸ ਪੜ੍ਹਿਆ ਜੇ, ਤੁਸੀਂ ਹਰੀ ਸਿੰਘ ਨਲੂ ਉਹ ਮਹਾਨ ਜਰਨੈਲ ਦਾ ਇਤਿਹਾਸ ਪੜ੍ਹਿਆ, ਕਿੰਨਾ ਵੱਡਾ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ। ਇਹ ਗੱਲਾਂ ਗੁਰੂ ਸਾਹਿਬਾਂ ਦੇ ਜੀਵਨ ਬਾਰੇ ਉਹਨਾਂ ਨੇ ਸਾਂਝੀਆਂ ਜਦੋਂ ਗੱਡੀ 'ਚ ਬਹਿਣਾ ਕਰਦੇ ਜਾਣਾ, ਅਤੇ ਜਿੱਥੇ ਕਿਤੇ ਟਾਈਮ ਲੱਗਣਾ ਵਿੱਚ ਗੱਡੀ 'ਤੇ ਬੈਠਿਆਂ ਬੈਠਿਆਂ ਜਿਗਰੇ ਉਹਨਾਂ ਨੇ ਕਿਤਾਬ ਖੋਲ੍ਹ ਕੇ ਵੀ ਉਹ ਪੜ੍ਹਨ ਲੱਗ ਪੈਣਾ ਜਦੋਂ ਉਹਨਾਂ ਦਾ ਮਨ ਕਰਨਾ, ਔਰ ਉਹ ਕਿਤਾਬ ਤੋਂ ਫਿਰ ਸੁਣੀ ਹੋਏ ਹੋਈ ਇਤਿਹਾਸ ਨਾਲ ਸੰਬੰਧਿਤ ਹੀ। ਦੂਸਰਾ, ਉਹਨਾਂ ਦੇ ਵਿੱਚ ਇਹ ਰਾਜਨੀਤੀ ਤੋਂ ਇਲਾਵਾ, ਧਾਰਮਿਕ ਤੌਰ ਤੋਂ ਇਲਾਵਾ, ਇੱਕ ਉਹ ਬੁੱਧੀਜੀਵੀ ਤੌਰ 'ਤੇ ਵੀ ਵਿਚਰਦੇ ਸੀਗੇ। ਉਹਨਾਂ ਨੇ ਇੱਕ ਸੀਰੀਅਲ ਇੱਕ ਨੂਰ ਤੁਰਿਆ, ਉਹ ਜਿਹੜਾ ਸੀਰੀਅਲ ਆ ਦੂਰਦਰਸ਼ਨ ਦੇ ਉੱਤੇ ਰਿਲੇਅ ਹੁੰਦਾ ਰਿਹਾ, ਉਹ ਵੀ ਉਹਨਾਂ ਦਾ ਲਿਖਿਆ ਸੀ। ਇਸੇ ਤਰ੍ਹਾਂ ਉਹਨਾਂ ਨੇ ਹੋਰ ਵੀ ਅਖਬਾਰਾਂ 'ਚ ਆਰਟੀਕਲ ਲਿਖਣੇ, ਵੱਖ ਵੱਖ ਵਿਸ਼ਿਆਂ 'ਤੇ ਲੈਣਾ, ਰਾਜਨੀਤਿਕ ਤੌਰ 'ਤੇ ਲੈਣੇ, ਜਿਹੜੇ ਦੂਸਰੇ ਵਿਸ਼ੇ ਹੋਣੇ ਆ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ, ਜਿਹੜੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਰਟੀਕਲ ਲਿਖਣੇ। ਅਤੇ
मैं समझना कि उन्होंने जाने अज साडे परिवार को इस साडे नगर को साडे इलाके बहुत वड्डा घाटा पिया राजनीतिक तौर पर और धार्मिक तौर पर। गुरदासपुर तो सिमरनजीत सिंह की रिपोर्ट, पंजाब टुडे।